ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਵੇਂ ਧਰਤੀ 'ਤੇ ਖਿੰਡਿਆ ਹੋਇਆ ਏ ਇੱਕ ਰੇਹੜੀ ਵਾਲੇ ਦਾ ਸਮਾਨ। ਜੀ ਹਾਂ, ਮਸ਼ਹੂਰ ਰੇਹੜੀ ਚਾਲਕ ਜੋ ਕਿ ਕੁਲਚਾ ਵੇਚਣ ਦਾ ਕੰਮ ਕਰਦਾ ਏ, ਕਾਫੀ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੈ ਕੁਲਚੇ ਵਾਲਾ, ਲੋਕ ਇਸ ਦੇ ਕੋਲ ਆ ਕੇ ਵੀਡੀਓਜ਼ ਬਣਾਉਂਦੇ ਨੇ, ਤਾਂ ਪੁਲਿਸ ਵਾਲੇ ਨੇ ਇਸ ਦਾ ਇਲਜ਼ਾਮ ਨੇ ਕਿ ਪੁਲਿਸ ਵਾਲੇ ਨੇ ਇਸ ਦੀ ਰੇਹੜੀ ਪਲਟਾ ਤੀ। ਦੇਖ ਸਕਦੇ ਹੋ ਕਿ ਕਿਵੇਂ ਸਾਰਾ ਸਮਾਨ ਹੇਠਾਂ ਡਿੱਗਿਆ ਹੋਇਆ ਏ, ਮਿੱਟੀ 'ਚ ਰਲ ਗਿਆ ਏ, ਪੂਰਾ ਖਰਾਬ ਹੋ ਗਿਆ ਇਹ ਸਮਾਨ। ਇਸਦਾ ਅੱਜ ਦੀ ਜਿਹੜੀ ਦਿਹਾੜੀ ਸੀ ਉਹ ਵੀ ਟੁੱਟੀ ਅਤੇ ਜਿਹੜਾ ਸਮਾਨ ਖਰਾਬ ਹੋਇਆ ਉਹ ਅੱਡ, ਤਾਂ ਇਸਨੇ ਇਲਜ਼ਾਮ ਲਗਾਏ ਨੇ ਕਿ ਇੱਕ ਪੁਲਿਸ ਵਾਲਾ ਆਉਂਦਾ ਏ ਅਤੇ ਇਸਦੀ ਰੇਹੜੀ ਪਲਟਾ ਕੇ ਚਲਾ ਜਾਂਦਾ ਏ। ਹਾਲਾਂਕਿ ਉਸ ਲਾਈਨ ਦੇ ਵਿੱਚ ਹੋਰ ਵੀ ਕਈ ਰੇਹੜੀਆਂ ਲੱਗੀਆਂ ਹੋਈਆਂ ਨੇ, ਗੱਡੀਆਂ ਪਾਰਕਿੰਗ ਦੇ ਵਿੱਚ ਲੱਗੀਆਂ ਹੋਈਆਂ ਨੇ, ਪਰ ਉਸਨੂੰ ਕੁਝ ਨਹੀਂ ਕਿਹਾ ਗਿਆ, ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ, ਇਸ ਰੇਹੜੀ ਚਾਲਕ 'ਤੇ ਕਾਰਵਾਈ ਹੋ ਗਈ। ਦੇਖ ਸਕਦੇ ਹੋ ਰੋ ਰੋ ਕੇ ਇਨਸਾਫ ਮੰਗ ਰਿਹਾ ਏ ਕਿ ਮੈਂ ਇੱਥੇ 15 ਸਾਲਾਂ ਤੋਂ ਰੇਹੜੀ ਲਾਉਣਾ, ਮੇਰਾ ਕੀ ਕਸੂਰ, ਇਹ ਪੁੱਛ ਰਿਹਾ ਏ। ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਪਿੰਕ ਪਲਾਜ਼ਾ ਦੇ ਸਾਹਮਣੇ ਇਹ ਨੌਜਵਾਨ ਰੇਹੜੀ ਲਗਾਉਂਦਾ ਸੀ ਪਿਛਲੇ 15 ਸਾਲਾਂ ਤੋਂ। ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਇਹ ਮਸ਼ਹੂਰ ਵੀ ਹੋ ਰਿਹਾ ਸੀ, ਕਾਫੀ ਲੋਕ ਸੋਸ਼ਲ ਮੀਡੀਆ 'ਤੇ ਵੀਡੀਓ ਦੇਖ ਕੇ ਇਸ ਦੇ ਕੋਲ ਕੁਲਚੇ ਖਾਣ ਆਉਂਦੇ ਸੀ, ਤਾਂ ਪੁਲਿਸ ਦੇ ਵੱਲੋਂ ਇਸ ਦੀ ਰੇਹੜੀ ਪਲਟਾ ਦਿੱਤੀ ਗਈ ਹੈ। ਜੇਕਰ ਗੱਲ ਕਰੀਏ ਪੁਲਿਸ ਦੀ, ਤਾਂ ਪੁਲਿਸ ਦਾ ਇਹ ਕਹਿਣਾ ਕਿ ਇਸ ਨੂੰ ਪਹਿਲਾਂ ਵੀ ਕਈ ਵਾਰ ਕਿਹਾ ਗਿਆ ਕਿ ਰੇਹੜੀ ਸੜਕ ਦੇ ਉੱਤੇ ਨਾ ਲਾਵੇ, ਇਸ ਦੀ ਰੇਹੜੀ ਸੜਕ ਦੇ ਉੱਤੇ ਲਾਉਣ ਕਰਕੇ ਟ੍ਰੈਫਿਕ ਜਾਮ ਲੱਗਦਾ ਏ ਕਈ ਕਈ ਘੰਟਿਆਂ ਦਾ, ਜਿਸ ਕਰਕੇ ਇਸ ਨੂੰ ਪਹਿਲਾਂ ਵੀ ਚੇਤਾਵਨੀ ਦਿੱਤੀ ਗਈ ਪਰ ਇਹ ਨਹੀਂ ਹਟਿਆ, ਜਿਸ ਕਰਕੇ ਇਸ 'ਤੇ ਇਹ ਐਕਸ਼ਨ ਲਿਆ ਏ। ਆਓ ਦੋਨੇ ਧਿਰਾਂ ਦਾ ਬਿਆਨ ਜਾਣਦੇ ਹਾਂ, ਪੁਲਿਸ ਦਾ ਕੀ ਕਹਿਣਾ ਅਤੇ ਇਸ ਨੌਜਵਾਨ ਦਾ ਕੀ ਇਲਜ਼ਾਮ ਹੈ ਪੁਲਿਸ 'ਤੇ, ਆਓ ਸੁਣਦੇ ਹਾਂ। ਜੀ, ਮੇਰਾ ਨਾਮ ਪਵਨ ਕੁਮਾਰ ਆ। ਅਤੇ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਆਪਣੀ ਰੇਹੜੀ ਲਗਾ ਰਹੇ ਹੋ? ਮੈਂ 15 ਸਾਲ ਤੋਂ ਲਗਾ ਰਿਹਾ। ਕਿੱਥੇ ਰੇਹੜੀ ਲਗਾਉਂਦੇ ਹੋ? ਮੈਂ ਇੱਥੇ ਲਗਾ ਰਿਹਾ, ਵੇਖੋ ਸਾਈਡ 'ਤੇ ਲੱਗੀ ਰੇਹੜੀ। ਹਾਂਜੀ। ਅਤੇ ਰੋਜ਼ 4-5 ਦਿਨ ਤੋਂ ਕੁਛ ਜ਼ਿਆਦਾ ਹੀ ਤੰਗ ਕਰਦਾ, ਕਹਿੰਦਾ ਰੇਹੜੀ ਚੁੱਕ ਕੇ ਲਿਆਈ ਆ, ਰੇਹੜੀ ਚੁੱਕ ਕੇ ਲਿਆਈ ਆ। ਮੈਂ ਉਹਨਾਂ ਨੂੰ 1-2 ਵਾਰੀ ਵੀ ਕਿਹਾ ਇੱਥੋਂ ਟੈਂਕਰ ਲੱਗਦੇ ਪਾਣੀ ਦੇ, ਅਤੇ ਮੈਨੂੰ ਕਹਿੰਦੇ ਥੋੜ੍ਹੀ ਅੱਗੇ ਲਗਾਇਆ ਕਰ, ਸਰਕਾਰੀ ਆਉਂਦੇ। ਉਹਨਾਂ ਨੂੰ ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ ਹੈਗਾ, ਪਾਣੀ ਭਰਨ ਵਾਲੇ ਸਰਕਾਰੀ ਮੁਲਾਜ਼ਮ ਵੀ ਆਉਂਦੇ, ਕਾਰਪੋਰੇਸ਼ਨ ਵਾਲੇ ਨੂੰ ਆਉਂਦੇ। ਉਹ ਕਹਿੰਦਾ ਉਹ ਤੂੰ ਉੱਥੇ ਪਿੱਛੇ ਲਈ ਆ ਉਹਨੂੰ, ਇੱਥੇ ਤੇਰੀ ਮੈਂ ਲਾਣੀ ਨਹੀਂ ਦੇਣੀ, ਕਹਿੰਦਾ ਅੱਜ ਰੇਹੜੀ। ਅੱਛਾ। ਅਤੇ ਭਾਅ ਜੀ ਉਹ ਇੰਨਾ ਸਮਾਨ ਬਣਿਆ, ਮੈਂ ਕਿੱਥੇ ਲੈ ਕੇ ਜਾਵਾਂ? ਮੈਂ ਵੀ ਸਵੇਰ ਦਾ 4 ਵਜੇ ਤੋਂ ਉੱਠ ਕੇ ਕੰਮ ਕਰਦਾ ਪਿਆ। 15 ਸਾਲ ਤੋਂ ਤੁਸੀਂ ਇੱਥੇ ਰੇਹੜੀ ਲਗਾ ਰਹੇ ਹੋ? ਹਾਂਜੀ। ਪਹਿਲਾਂ ਇਸ ਤਰ੍ਹਾਂ ਦਾ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਆ ਕੇ ਤੰਗ ਕੀਤਾ ਜਾਂਦਾ ਸੀ ਤੁਹਾਨੂੰ? ਹਾਂਜੀ, ਕੀਤਾ ਜਾਂਦਾ ਸੀ। ਜਦੋਂ ਨਵਾਂ ਕੋਈ ਆ ਗਿਆ, ASI ਆ ਗਿਆ, ਇਹਨੂੰ ਰੇਹੜੀ ਚੁੱਕ ਲਾ, ਜਦੋਂ ਵੀ ਆਉਂਦਾ ਬਦਤਮੀਜ਼ੀ ਨਾਲ, ਇੰਨੀ ਦੁਨੀਆ ਆਉਂਦੀ ਮੇਰੇ ਕੋਲ, ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਆਉਂਦੇ, ਹੱਥ ਜੋੜਦੇ ਮੇਰੇ ਅੱਗੇ, ਪਿਆਰ ਦਿੰਦੇ, ਇੰਨੇ ਪਿਆਰ ਨਾਲ ਬੋਲਦੇ ਆ, ਪੰਜਾਬੀ ਭਈਏ ਬਾਹਰੋਂ ਆ ਕੇ ਮੇਰੇ ਕੋਲ ਆਉਂਦੇ ਆ, ਹਰ ਕੋਈ ਆ ਕੇ ਮੈਨੂੰ ਪਿਆਰ ਨਾਲ ਬੋਲਦਾ, ਇੱਜ਼ਤ ਮਿਲਦੀ ਆ। ਮਗਰ ਇਹ ਜਿਹੜੀ ਜਦੋਂ ਇਹ ਚੀਜ਼ ਆਉਂਦੀ ਹੈ ਨਾ, ਤਾਂ ਬਸ ਇੱਕੋ ਧਮਕੀ ਹੁੰਦੀ ਆ ਕਿ ਤੇਰੀ ਰੇਹੜੀ ਚੁਕਾ ਦੇਣੀ ਆ, ਤੇਰੀ ਰੇਹੜੀ ਚੁਕਾ ਦੇਣੀ। ਜਿਹੜਾ ਵੀ ਕੋਈ ਵੀ ਅੱਜ ਤੱਕ ਸਮਝ ਲਓ, ਜਿੰਨੇ ਵੀ ਬੰਦੇ ਆਏ, ਉਹ ਕਹਿੰਦਾ ਤੇਰੀ ਰੇਹੜੀ ਚੁਕਾ ਦੇਣੀ, ਇਹੀ ਕੰਮ ਆ, ਤੇਰੀ ਰੇਹੜੀ ਚੁਕਾ ਦੇਣੀ। ਪੁਲਿਸ ਨੂੰ ਪ੍ਰੋਬਲਮ ਕੀ ਹੈ ਤੁਹਾਡੀ ਰੇਹੜੀ ਤੋਂ? ਮੈਨੂੰ ਆਪ ਨਹੀਂ ਪਤਾ ਭਾਅ ਜੀ, ਮੈਨੂੰ ਪਤਾ ਹੋਵੇ ਤਾਂ ਮੈਂ ਦੱਸਾਂ। ਮੈਨੂੰ ਅੱਜ ਤੱਕ, ਮੈਂ ਇਹੀ ਚੀਜ਼ ਤੋਂ ਕੰਫਿਊਜ਼ ਹਾਂ, ਮੇਰੀ ਰੇਹੜੀ ਤੋਂ ਪ੍ਰੋਬਲਮ ਕੀ ਆ? ਤਾਂ ਹੋਰ ਵੀ ਬਹੁਤ ਸਾਰੀਆਂ ਰੇਹੜੀਆਂ ਲੱਗਦੀਆਂ ਨੇ, ਜੇ ਉਹਨਾਂ ਨੂੰ ਵੀ ਆ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਨਾ? ਤੁਹਾਡੇ ਸਾਹਮਣੇ ਉਹ ਲੱਗੀਆਂ ਹੋਈਆਂ ਵਾ, ਸਾਹਮਣੇ ਇਹ ਲੱਗੀਆਂ, ਵੇਖੋ ਗੱਡੀਆਂ ਲੱਗੀਆਂ ਹੋਈਆਂ, ਕਿਉਂ ਨਹੀਂ ਸਾਈਡ 'ਤੇ ਕੀਤੀਆਂ ਜਾ ਰਹੀਆਂ? ਇਹਨੂੰ ਹੀ ਤੰਗ ਕਰਦਾ ਸੜਕ ਦੇ ਵਿੱਚ ਨਹੀਂ ਆ, ਵੇਖੋ ਸਾਈਡ ਤੇ ਲਾਈ ਹੈ ਭਾਜੀ, ਤੁਹਾਡੀ ਨਹੀਂ, ਹੋਰ ਜਿਹੜੀਆਂ ਰੇੜੀਆਂ ਉਹ ਵੇਖ ਲਓ, ਕੈਮਰਾ ਘੁਮਾ ਕੇ ਸੜਕ ਦੇ ਉੱਤੇ ਲੱਗੀਆਂ ਹੋਈਆਂ, ਸਾਹਮਣੇ ਮੋੜ ਲਗਾ ਤੇ ਮੇਰੀ ਰੇੜੀ, ਕਹਿੰਦਾ ਤੂੰ ਉੱਥੇ ਲਾਈ ਆ, ਇੱਥੇ ਕੋਈ ਆਉਣ ਜਾਣ ਦਾ ਤੇ ਰਾਹ ਤੇ ਹੈਗਾ ਨਹੀਂ ਭਾਜੀ, ਕੋਈ ਬਿਲਕੁਲ ਸਾਈਡ ਤੇ ਹੈਗੀ ਆ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਕਿੰਨੇ ਦਾ ਨੁਕਸਾਨ ਹੋ ਚੁੱਕਾ ਤੁਹਾਡਾ, ਜਿਹੜਾ ਸਮਾਨ ਪੂਰਾ ਤੁਸੀਂ ਬੈਠਾ ਦਿੱਤਾ? ਮੇਰਾ ਘੱਟ ਤੋਂ ਘੱਟ 5,000 ਦਾ ਭਾਜੀ, ਕੀ ਦੇਸੀ ਘਿਓ ਹੀ, ਪਨੀਰ ਹੀ, ਮੈਂ ਸਭ ਕੁਝ ਵੇਸਟ ਕਰਤਾ, ਭਟੂਰੇ ਹੀ, ਆਲੂ ਵਾਲੇ ਕੁਲਚੇ ਹੀ, ਸਾਰਾ ਵੇਸਟ ਕਰਤਾ ਭਾਜੀ। ਮੈਂ ਹੁਣ ਕਹਿੰਦਾ ਤੈਨੂੰ ਲਾਣੀ ਨਹੀਂ ਦੇਣੀ ਤੇ ਮੈਂ ਘਰ ਲੈ ਕੇ ਕੀ ਕਰਨਾ? ਜੇ ਮੈਂ ਕਿਸੇ ਨੂੰ ਖਵਾਵਾਂਗਾ, ਉਹ ਦਾਨ ਕਰਨ ਦਾ ਕੀ ਫਾਇਦਾ? ਜਿਹੜਾ ਆਪਣੇ ਦਿਲੋਂ ਨਾ ਲਾਇਆ, ਉਹ ਤੇ ਧੱਕਾ ਜਿਹੜਾ ਕਿਸੇ ਨੂੰ ਖਵਾਤਾ।
ਮੈਂ ਬਹੁਤ ਦੁਖੀ ਹਾਂ ਭਾ, ਪਹਿਲੇ ਮੇਰੇ ਪਾਪਾ ਐਕਸਪਾਇਰ ਹੋ ਗਏ, ਬਾਈਕ ਐਕਸਪਾਇਰ ਹੋ ਗਿਆ, ਮੈਂ ਘਰ 'ਚ ਇਕੱਲਾ ਕਮਾਉਣ ਵਾਲਾ ਗਾ, ਹੁਣ ਇਹ ਜਦੋਂ ਚੀਜ਼ਾਂ ਕਰਦੇ ਮੈਂ ਕਿੱਥੇ ਜਾਵਾਂਗਾ? ਆਪ ਤੁਸੀਂ ਸੋਚੋ, ਪੰਜਾਬੀ ਪੰਜਾਬ 'ਚ ਰਹਿ ਕੇ ਖੁਸ਼ ਨਹੀਂ ਗਾ ਤਾਂ ਕਿੱਥੇ ਜਾਏ ਪੰਜਾਬੀ? ਪੰਜਾਬੀ ਦੇ ਆਪੇ ਬਾਹਰ ਜਾਓ ਭਾਜੀ। ਦੇਖੋ ਪਤਾ ਨਹੀਂ ਕਿਉਂ ਉਹਦੇ ਮਨ 'ਚ ਗੁੱਸਾ ਹੋ ਕੋਈ ਗੱਲ ਦਾ ਵਾ, ਜਿੱਦਾਂ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਮੁਤਾਬਕ, ਮੈਡਮ ਡੀ ਸੀ ਪੀ ਟ੍ਰੈਫਿਕ ਦੇ ਦਿਸ਼ਾ ਨਿਰਦੇਸ਼ ਮੁਤਾਬਕ ਜਿਹੜੀਆਂ ਰੋਡ ਨੇ ਨਵੇਂ ਬਣੇ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਰੇਹੜੀਆਂ ਵਾਲੇ ਨੇ ਲਿਆ ਕੇ ਰੇਹੜੀਆਂ ਲਾ ਦਿੱਤੀਆਂ ਵਾ, ਜਿਹਨਾਂ ਨੂੰ ਅਸੀਂ ਅਨਾਊਂਸਮੈਂਟ ਕਰਕੇ ਕਹਿੰਦੇ ਹਾਂ ਕਿ ਭਈ ਆਪਣੀ ਰੇਹੜੀ ਜਿਹੜੀ ਆ ਉਹ ਕਿਸੇ ਉਸ ਜਗ੍ਹਾ 'ਤੇ ਲਗਾਓ ਜਿੱਥੇ ਜਗ੍ਹਾ 'ਤੇ ਕਿਸੇ ਪਬਲਿਕ ਨੂੰ ਟ੍ਰੈਫਿਕ ਨੂੰ ਕੋਈ ਸਮੱਸਿਆ ਨਾ ਆਵੇ। ਇਸ ਕਰਕੇ ਰੋਜ਼ ਦੀ ਤਰ੍ਹਾਂ ਜਿੱਦਾਂ ਅਸੀਂ ਅਨਾਊਂਸਮੈਂਟ ਕਰਦੇ ਹਾਂ ਜਾਂ ਉਹਨਾਂ ਨੂੰ ਕਹਿੰਦੇ ਹਾਂ ਵੀ ਜਿਹੜੀਆਂ ਰੇਹੜੀਆਂ ਵਾ ਪਿੱਛੇ ਕਰ ਲਓ, ਜਿਹੜੀਆਂ ਫਰੂਟ ਵਾਲੀਆਂ ਰੇਹੜੀਆਂ ਉਹ ਵੀ ਲੈ ਲੂ ਚਲੇ ਜਾਂਦੇ ਨੇ, ਹਰ ਰੇਹੜੀ ਦਾ ਹਰ ਥਾਂ 'ਤੇ ਹਰ ਜਗ੍ਹਾ 'ਤੇ ਬਾਜ਼ਾਰ 'ਚ ਵੀ ਅਨਾਊਂਸਮੈਂਟ ਕਰਦੇ ਹਾਂ ਅਤੇ ਰੇਹੜੀਆਂ ਜਿਹੜੀਆਂ ਲਾ ਕੇ ਅਤੇ ਟ੍ਰੈਫਿਕ ਨੂੰ ਜਾਮ ਹੁੰਦੀਆਂ। ਇਸ ਕਰਕੇ ਪਤਾ ਨਹੀਂ ਉਹ ਕੋਈ ਆਪਣਾ ਦਿਮਾਗੀ ਤੌਰ 'ਤੇ ਕੋਈ ਉਹਦੇ ਮਨ 'ਚ ਹੋਊਗੀ ਕਿਸੇ ਤਰੀਕੇ ਨਾਲ, ਜਦੋਂ ਉਹਨਾਂ ਨੂੰ ਕਿਹਾ ਵੀ ਆ ਜਿਹੜਾ ਫਾਇਰ ਬ੍ਰਿਗੇਡ ਪਾਣੀ ਭਰਨ ਆਉਂਦਾ ਵਾ ਇਹਦੇ ਥੱਲੇ ਗੱਡੀਆਂ ਲਾ ਦਿੱਤੀਆਂ ਵਾ ਤੁਹਾਡੀ ਗੱਡੀ ਰੇਹੜੀ ਕਰਕੇ, ਤੁਸੀਂ ਰੇਹੜੀ ਨੂੰ ਥੋੜ੍ਹਾ ਪਿੱਛੇ ਫੁੱਟਪਾਥ 'ਤੇ ਕਰਕੇ ਲਾ ਲਓ, ਨਾ ਕਿ ਫੁੱਟਪਾਥ 'ਤੇ ਕਰਨ ਦੀ ਬਜਾਏ ਉਹਨੇ ਪਤਾ ਨਹੀਂ ਸਮਾਨ ਸਮੂਨ ਡੋਲ ਲਿਆ ਆਪਣਾ। ਇਸ ਕਰਕੇ ਉਹਦੇ ਬਾਰੇ ਹੁਣ ਕੀ ਕਹਿ ਸਕਦੇ, ਉਹਦੀ ਮਾਨਸਿਕਤਾ ਵਾ ਇੱਦਾਂ ਨਹੀਂ ਕਰਨਾ ਚਾਹੀਦਾ, ਉਹਨੂੰ ਪਿਛਾਹ ਕਰਕੇ ਲਾ ਲੇ ਜਿੱਥੇ ਉਹ ਕਹਿੰਦਾ ਵਾ ਫੁੱਟਪਾਥ ਪਿੱਛੇ ਹੈਗਾ ਇੱਕ ਰੇਹੜੀ ਲੱਗੀ ਆ, ਉਹਨਾਂ ਨੂੰ ਕਿਹਾ ਵੀ ਆ ਫੁੱਟਪਾਥ ਦੇ ਪਿੱਛੇ ਚਲਾ ਲਓ। ਕੋਈ ਵੀ ਇਕੱਲਾ ਬੰਦਾ ਸਾਡਾ ਕੋਈ ਨਹੀਂ ਗਾ, ਅਸੀਂ ਸਾਰੇ ਸ਼ਹਿਰ ਨੂੰ ਕਰਾਉਂਦੇ ਹਾਂ ਸਫਾਈ, ਪਿੰਕ ਪਲਾਜ਼ੇ ਦੇ ਵਿੱਚ ਵੀ ਜਾਂਦੇ ਆ। ਮੈਂ ਪਲੀਅਰ ਗਿਆ ਵਾਂ ਗੱਡੀ ਲੈ ਕੇ, ਮੈਂ ਬਹੁਤ ਵਾਰ ਖਾਲੀ ਕਰਾਇਆ ਪਿੰਕ ਪਲਾਜ਼ੇ ਦੀਆਂ ਦੁਕਾਨਾਂ ਵੀ ਖਾਲੀ ਕਰਾਈਆਂ ਵਾ, ਰੇਹੜੀਆਂ ਵੀ ਕਰਾਈਆਂ, ਉਹਨਾਂ ਨੂੰ ਕਿਹਾ ਜਿਹੜੀ ਪਾਰਕ ਬਣੀ ਅੰਦਰ ਉਹ ਚਲਾ ਲਓ, ਨੋ ਪ੍ਰੋਬਲਮ, ਇਹ 'ਚ ਸਾਨੂੰ ਕੋਈ ਇਸ਼ਾ ਨਹੀਂ ਹੈਗਾ, ਇਹ ਨਗਰ ਨਿਗਮ ਦਾ ਕੰਮ ਆ। ਦੇਖੋ ਪਤਾ ਕਾਰਨ ਕੀ ਹੈ ਜੀ, ਦੇਖੋ ਇੱਕ ਫਿਤਰਤ ਬਣ ਗਈ ਆ ਲੋਕਾਂ ਦੀ ਵੀ ਜਿਹੜਾ ਬੰਦਾ ਕੰਮ ਕਰਦਾ ਨਾ ਉਹਨੂੰ ਕੰਮ ਨਹੀਂ ਕਰਨ ਦੇਣਾ, ਇਸ ਕਰਕੇ ਸਾਡਾ ਮਤਲਬ ਆ ਉਸ ਟ੍ਰੈਫਿਕ ਨਾਲ, ਅਸੀਂ ਚਾਹੁੰਦੇ ਹਾਂ ਵੀ ਸਾਰੇ ਅੰਮ੍ਰਿਤਸਰ ਦੀ ਟ੍ਰੈਫਿਕ ਵਧੀਆ ਤਰੀਕੇ ਨਾਲ ਚੱਲੇ, ਕਿਸੇ ਨੂੰ ਪਰੇਸ਼ਾਨੀ ਨਾ, ਅਗਰ ਕਿਤੇ ਅੱਗ ਲੱਗ ਜੇ ਜਾਂ ਕੋਈ ਗੱਲਬਾਤ ਹੋ ਜੇ ਉਸ ਜਗ੍ਹਾ ਦੇ ਥੱਲੇ ਜਿਹੜਾ ਉਹ ਪਾਣੀ ਭਰਦੇ ਆ ਉੱਥੇ ਟਰੱਕ ਨਾ ਲੱਗੇ ਅੱਧਾ ਘੰਟਾ ਤਾਂ ਫਿਰ ਬੜੀ ਤਕੜੀ ਸਮੱਸਿਆ ਵਾ। ਸਾਡਾ ਫਰਜ਼ ਬਣਦਾ ਉਹਨੂੰ ਖਾਲੀ ਰਖਾਉਣਾ, ਬੜੇ ਦੁਆਰ ਕਾਰਪੋਰੇਸ਼ਨ ਨੇ ਕਿਹਾ ਵਾ ਮੈਂ ਖਾਲੀ ਕਰਾ ਕੇ ਕਹਿੰਦਾ ਵਾ ਅਨਾਊਂਸਮੈਂਟ ਕਰਦਾ ਇਹਦੇ ਥੱਲੇ ਗੱਡੀ ਨਾ ਲਾਇਆ ਕਰੋ। ਇਸ ਕਰਕੇ ਇਹ ਆ ਕੋਈ ਉਹ ਆਪਣੇ ਤੌਰ 'ਤੇ ਕੋਈ ਮਾਨਸਿਕ ਤੌਰ 'ਤੇ ਹੋ ਸਕਦਾ, ਸਾਡੀ ਕੋਈ ਨਿੱਜੀ ਰਸੀਦ ਕਿਸੇ ਨਾਲ ਨਹੀਂ ਹੈਗੀ ਨਾ ਉਹਦੇ ਨਾਲ ਕੋਈ ਵਰਤੋਂ ਆ, ਇਹ ਸਾਡਾ ਮਤਲਬ ਹੈ ਰੋਜ਼ ਦੀ ਤਰ੍ਹਾਂ ਹੋਕਾ ਦਿੰਦੇ ਹਾਂ ਵੀ ਜਿਹੜੀਆਂ ਰੇਹੜੀਆਂ ਵਾ ਆਪਣੇ ਸਵੱਛ ਥਾਂ 'ਤੇ ਲਾਓ ਜਿੱਥੇ ਪਬਲਿਕ ਵੀ ਤਰੀਕੇ ਨਾਲ ਬੈਠ ਕੇ ਖਾ ਲਵੇ ਅਤੇ ਲੋਕ ਵੀ ਜਿਹੜੇ ਆ ਉਹ ਰਸਤਾ ਬਣਾਉਂਦੇ।